ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਉਹਨੂੰ ਤਨਖਾਹੀਆ ਕਰਾਰ ਜਿਹੜਾ ਉਹ ਦਿੱਤਾ ਗਿਆ। ਤਨਖਾਹੀਆ ਕਰਾਰ ਹੁੰਦਾ ਕੀ ਹੈ? ਸਿੱਖ ਧਰਮ ਦੇ ਵਿੱਚ ਇਹ ਕੀ ਪਰੰਪਰਾ ਕੀ ਹੈ? ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜਿਹੜੀ ਸਮੁੱਚੀ ਬਾਜ਼ਾਰ ਸੀ, ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਵੀ ਸਪਸ਼ਟੀਕਰਨ ਦਿਓ। ਬਾਗੀ ਧੜੇ ਦੇ ਵਿੱਚ ਵੀ ਉਹ ਜਿਹੜੇ ਬਾਜ਼ਾਰ ਤੋਂ ਉਸ ਸਮੇਂ ਵਿੱਚ ਕੈਬਨਿਟ ਵਜ਼ੀਰ ਸੀਗੇ, ਉਹ ਬਾਗੀ ਧੜੇ ਵਿੱਚ ਵੀ ਕਈ ਹੈਗੇ ਨੇ। ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬੋਲਦਾ ਪੰਜਾਬ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਬੋਲਦਾ ਪੰਜਾਬ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਨਾਲ ਜੁੜੀ ਵੱਡੀ ਖਬਰ ਦੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਉਹਨੂੰ ਤਨਖਾਹੀਆ ਕਰਾਰ ਜਿਹੜਾ ਉਹ ਦਿੱਤਾ ਗਿਆ। ਜਾਣੀ ਕਿ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਜਿਹੜੀ ਆ ਉਹ ਵਿਸ਼ੇਸ਼ ਇਕੱਤਰਤਾ ਹੋਈ ਹੈ। ਇਕੱਤਰਤਾ ਦੇ ਵਿੱਚ ਇਹ ਜਿਹੜੇ ਵੱਡੇ ਜਿਹੜੇ ਫੈਸਲੇ ਨੇ ਉਹ ਸੁਣਾਏ ਗਏ ਨੇ। ਜਾਣੀ ਕਿ ਇਹ ਵੀ ਕਿਹਾ ਗਿਆ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜਿਹੜੇ ਮੰਤਰੀ ਸਾਹਿਬਾਨ ਸਨ, ਤਾਂ ਉਹਨਾਂ ਨੂੰ ਵੀ ਜਿਹੜਾ ਸੱਦਾ ਦਿੱਤਾ ਗਿਆ ਕਿ ਅਕਾਲ ਤਖ਼ਤ ਸਾਹਿਬ ਪਹੁੰਚੋ ਅਤੇ ਆਪਣਾ ਜਿਹੜਾ ਸਪਸ਼ਟੀਕਰਨ, ਜਾਣੀ ਕਿ ਮਾਫ਼ੀਨਾਮਾ ਦਿਓ ਜੋ ਤੁਹਾਡੇ ਤੋਂ ਗਲਤੀਆਂ ਹੋਈਆਂ ਨੇ। ਅੱਜ ਇਸ 'ਤੇ ਜਿਹੜੀ ਪੂਰੀ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਨੇ। ਰਪਾਣੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਪਾਣੀ, ਸਭ ਤੋਂ ਪਹਿਲਾਂ ਦੱਸੋ ਵੀ ਅੱਜ ਪੰਜਾਬ ਦੇ ਵਿੱਚ ਵੱਡੀ ਖਬਰ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਤਨਖਾਹੀਆ ਕਰਾਰ ਹੁੰਦਾ ਕੀ ਹੈ? ਸਿੱਖ ਧਰਮ ਦੇ ਵਿੱਚ ਇਹ ਕੀ ਪਰੰਪਰਾ ਕੀ ਹੈ? ਇਹ ਦੇਖੋ, ਗੱਲ ਇਹ ਹੈ ਅਮਰਜੀਤ, ਵੀ ਤਨਖਾਹੀਆ ਕਰਾਰ ਦੇਣਾ ਕੋਈ ਪਹਿਲਾ ਵਾਰ ਨਹੀਂ ਹੈਗਾ ਕਿ ਸੁਖਬੀਰ ਸਿੰਘ ਬਾਦਲ ਨੂੰ ਪਹਿਲੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਕਿ ਇੱਕੋ ਇੱਕ ਲੀਡਰ ਨੇ, ਹੋਰ ਕਦੇ ਕਿਸੇ ਨੂੰ ਦਿੱਤੇ ਨਹੀਂ। ਇਸ ਤੋਂ ਪਹਿਲਾਂ ਸੁਰਜੀਤ ਸਿੰਘ ਬਰਨਾਲਾ ਵਰਗੇ, ਬੂਟਾ ਸਿੰਘ ਵਰਗੇ ਹੋਰ ਤਮਾਮ ਅਕਾਲੀ ਦਲ ਦੇ ਲੀਡਰ ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤਾ ਜਾ ਚੁੱਕਾ। ਹੁਣ ਗੱਲ ਇਹ ਹੈ ਕਿ ਮੋਟਾ ਮੋਟਾ ਜੇ ਆਪਾਂ ਝਾਤ ਮਾਰੀਏ ਕਿ ਤਨਖਾਹੀਆ ਹੁੰਦਾ ਕੀ ਹੈ, ਤਨਖਾਹੀਆ ਜੇ ਤਾਂ ਆਪਾਂ ਕਾਨੂੰਨੀ ਭਾਸ਼ਾ ਜਾਈਏ, ਫਿਰ ਉਹਦੇ 'ਚ ਆਪਾਂ ਇਹ ਹੋਣਾ ਕਿ ਦੋਸ਼ੀ ਕਰਾਰ ਦੇਣਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਅਤੇ ਸਜ਼ਾ ਅਜੇ ਸੁਣਾਈ ਜਾ ਰਹੀ ਹੈ। ਬਿਲਕੁਲ ਠੀਕ ਹੈ। ਹੁਣ ਇਹਦੇ 'ਚ ਕੀ ਹੈ ਕਿ ਤਨਖਾਹੀਆ, ਇਹਨੂੰ ਕਹਿੰਦੇ ਨੇ ਧਰਮ ਦੰਡ। ਜੇ ਆਪਾਂ ਸਿੱਖੀ ਦੀ ਭਾਸ਼ਾ ਵਿੱਚ ਲਾਈਏ ਤਾਂ ਤਨਖਾਹੀਆ ਦਾ ਮਤਲਬ ਹੈ ਧਰਮ ਦੰਡ। ਧਰਮ ਦੰਡ ਮਤਲਬ ਕਿ ਗੁਰਮਤ ਵਿਚਾਰ ਧਾਰਾ, ਜਿਹੜੀ ਗੁਰਮਤ ਵਿਚਾਰ ਧਾਰਾ ਉਹਦੇ ਮੁਤਾਬਕ ਉਹਨੂੰ ਧਰਮ ਦੰਡ ਕਿਹਾ ਜਾਂਦਾ। ਠੀਕ ਹੈ। ਕਿਉਂਕਿ ਜਿਹੜੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਦੋਂ ਆਪਾਂ ਨੂੰ ਇੱਕ ਤਾਂ ਤਨਖਾਹੀਆ ਕਰਾਰ ਦੇ ਤਾ, ਤਾਂ ਉਸ ਤੋਂ ਬਾਅਦ ਉਹ ਸਜ਼ਾ ਸੁਣਾਈ ਜਾਣੀ। ਸਜ਼ਾ ਕੀ ਹੈ? ਧਾਰਮਿਕ ਸਜ਼ਾ ਹੋਈ। ਠੀਕ ਹੈ। ਇਹ ਤਾਂ ਆਪਾਂ ਪਹਿਲਾਂ ਇਸ 'ਤੇ ਕਈ ਵਾਰ ਗੱਲਬਾਤ ਕਰ ਚੁੱਕੇ ਹਾਂ। ਹੁਣ ਗੱਲ ਇਹ ਹੈ ਕਿ SGPC ਮੁਤਾਬਕ ਜਿਹੜੀ ਇਹ ਤਨਖਾਹੀਆ ਕਰਾਰ ਦੇਣਾ ਜਾਂ ਜਿਹੜੀ ਵੀ ਇਹਦੀ ਡੈਫੀਨੇਸ਼ਨ ਹੈਗੀ ਹੈ ਜਾਂ ਜਿਹੜੀ ਵੀ ਇਹਦੀ ਡੈਫੀਨੇਸ਼ਨ ਹੁੰਦੀ, ਉਹ SGPC ਦੀ ਵੈਬਸਾਈਟ 'ਤੇ ਬਿਲਕੁਲ ਕਲੀਅਰ ਲਿਖੀ ਹੋਈ ਹੈ ਪੰਜਾਬੀ ਭਾਸ਼ਾ ਦੇ ਵਿੱਚ। ਜੋ ਸਿੱਖ ਰਹਿਤ ਮਰਿਆਦਾ ਭੰਗ ਕਰਦਾ, ਰਹਿਤ ਤੋਂ ਭੁੱਲ ਹੋ ਜਾਵੇ, ਉਹਨੂੰ ਭੁੱਲ ਬਖਸ਼ਾਉਣ ਲਈ ਸਮਾਂ ਦਿੱਤਾ ਜਾਂਦਾ ਅਤੇ ਉਸਦੇ ਉੱਪਰ ਸ੍ਰੀ ਅਕਾਲ ਤਖ਼ਤ ਸਾਹਿਬ ਜਿਹੜਾ ਇਹ ਫੈਸਲਾ ਲੈਂਦਾ, ਜਿਹੜਾ ਅੱਜ ਫੈਸਲਾ ਲਿਆ। ਸੁਖਬੀਰ ਸਿੰਘ ਬਾਦਲ ਤਾਂ ਪਹਿਲਾਂ ਮਾਫ਼ੀ ਮੰਗ ਚੁੱਕੇ ਨੇ, ਬਿਲਕੁਲ ਠੀਕ ਹੈ, ਪੇਸ਼ ਹੋ ਕੇ। ਉਸ ਤੋਂ ਬਾਅਦ ਉਹ ਆਪਣਾ ਸਪਸ਼ਟੀਕਰਨ ਵੀ ਦੇ ਚੁੱਕੇ ਨੇ, ਉਸ ਤੋਂ ਬਾਅਦ ਉਹ ਕਹਿ ਵੀ ਚੁੱਕੇ ਨੇ ਕਿ ਹਾਂ ਸਾਰੀਆਂ ਮੇਰੇ ਤੋਂ ਗਲਤੀਆਂ ਹੋਈਆਂ ਨੇ। ਅਤੇ ਅੱਜ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੋਂ ਬਾਅਦ ਟਵੀਟ ਕਰਕੇ ਗੱਲ ਕਹਿ ਦਿੱਤੀ ਹੈ ਕਿ ਮੈਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ ਸਿਰ ਮੱਥੇ ਪ੍ਰਵਾਨ ਹੈ, ਮੈਂ ਇੱਕ ਨਿਮਾਣਾ ਸਿੱਖ ਹੋ ਕੇ, ਨੀਵਾਂ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾਵਾਂਗਾ ਅਤੇ ਜਲਦੀ ਜਾਵਾਂਗਾ। ਉਹਨਾਂ ਨੇ, ਹੋ ਸਕਦਾ ਇਹ ਵੀ ਨਹੀਂ ਪਤਾ ਵੀ 2-4 ਦਿਨ ਦੇ ਵਿੱਚ ਹੀ ਉੱਥੇ ਉਹ ਚਲੇ ਜਾਣ। ਹੁਣ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਤਾਂ ਤਨਖਾਹੀਆ ਕਰਾਰ ਦਿੱਤਾ, ਜਿਹੜੀ ਗੱਲ ਤੁਸੀਂ ਕਹੀ ਹੈ ਕਿ ਉਹਦੇ ਨਾਲ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ ਵੱਲੋਂ ਉਸ ਸਮੇਂ ਦੀ ਬਜ਼ਾਰਤ, ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜਿਹੜੀ ਸਮੁੱਚੀ ਬਜ਼ਾਰਤ ਸੀ,
ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਵੀ ਸਪਸ਼ਟੀਕਰਨ ਦਿਓ, ਕਿਉਂ? ਕਿਉਂਕਿ ਜਿਹੜੀਆਂ ਭੁੱਲਾਂ ਹੋਈਆਂ ਬਿਲਕੁਲ ਸੁਖਬੀਰ ਸਿੰਘ ਬਾਦਲ ਤੋਂ ਜਾਂ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ, ਉਹ ਉਸ ਸਮੇਂ ਹੋਈਆਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ। ਅਕਾਲੀ ਦਲ ਦੀ ਸਰਕਾਰ ਦੇ ਸਮੇਂ ਤੁਹਾਡੀਆਂ ਭੁੱਲਾਂ ਹੋਈਆਂ, ਤਾਂ ਇਹਦਾ ਮਤਲਬ ਇਹ ਹੈ ਕਿ ਜੇ ਇੱਕ ਮੁੱਖ ਮੰਤਰੀ ਜਾਂ ਡਿਪਟੀ ਮੁੱਖ ਮੰਤਰੀ ਤੋਂ ਉਹ ਗਲਤੀਆਂ ਹੋਈਆਂ, ਤਾਂ ਉਹ ਗਲਤੀਆਂ ਦੇ ਵਿੱਚ ਉਹ ਜਿਹੜੀ ਵਜ਼ਾਰਤ ਉਸ ਸਮੇਂ ਮੰਤਰੀਸ਼ਿਪ ਸੀਗੇ, ਵਜ਼ਾਰਤ ਜਿਹੜੀ ਉਸ ਸਮੇਂ ਦੇ ਵਜ਼ੀਰ ਸੀਗੇ, ਉਹਨਾਂ ਤੋਂ ਵੀ ਉਹ ਗਲਤੀ ਭਾਈਵਾਲ ਬਰਾਬਰ ਦੇ ਆ। ਬਿਲਕੁਲ ਹਿੱਸਾ ਉਹਨਾਂ ਦਾ ਵੀ ਹੈ। ਬੇਸ਼ੱਕ ਤੁਸੀਂ ਇਹ ਗੱਲ ਜਿੰਨੀ ਮਰਜ਼ੀ ਇਹ ਗੱਲ ਕਹੀ ਜਾਓ ਕਿ ਅਸੀਂ ਤਾਂ ਇਹਨਾਂ ਨੂੰ ਰੋਕਿਆ ਸੀ ਜੀ, ਇਹ ਰੁਕੇ ਨਹੀਂ, ਅਸੀਂ ਇਹਨਾਂ ਨੂੰ ਕਿਹਾ ਸੀ ਕਿ ਇਹ ਗਲਤੀ ਨਾ ਕਰੋ, ਪਰ ਇਹਨਾਂ ਨੇ ਕਰਤੀ ਤੇ ਸਾਡੇ ਤੋਂ ਵੀ ਕਰਵਾਤੀ। ਇੱਦਾਂ ਨਹੀਂ ਚੱਲਣਾ, ਤੁਸੀਂ ਵੀ ਬਰਾਬਰ ਦੇ ਭਾਈਵਾਲ ਹੋ। ਇਸ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਉਸ ਸਮੇਂ ਦੀ ਬਜ਼ਾਰਤ ਤੋਂ ਵੀ ਜਿਹੜੀ ਹੈਗੀ ਹੈ ਸਪਸ਼ਟੀਕਰਨ ਮੰਗਿਆ। ਜਾਨਕਿ ਬਾਗੀ ਧੜੇ ਦੀ ਗੱਲ ਕੀਤੀ ਹੈ, ਫਿਰ ਬਾਗੀ ਧੜਾ ਦੇ ਮਾਹੌਲ ਵਿੱਚ ਦੇ ਵਿੱਚ, ਹਾਂ ਬਿਲਕੁਲ, ਬਾਗੀ ਧੜੇ ਵਿੱਚ ਵੀ ਕਈ ਹੈਗੇ ਨੇ। ਹਾਂ ਜਦੋਂ ਬਾਗੀ ਧੜੇ ਦੇ ਵਿੱਚ ਵੀ ਉਹ ਜਿਹੜੇ ਬਜ਼ਾਰਤ ਉਸ ਸਮੇਂ ਵਿੱਚ ਕੈਬਨਿਟ ਵਜ਼ੀਰ ਸੀਗੇ, ਉਹ ਬਾਗੀ ਧੜੇ ਵਿੱਚ ਵੀ ਕਈ ਹੈਗੇ ਨੇ, ਠੀਕ ਹੈ, ਤੇ ਸਮੁੱਚੀ ਲੀਡਰਸ਼ਿਪ ਉਹਦੇ ਵਿੱਚ ਸੀਗੀ। ਇਸ ਕਰਕੇ ਉਹ ਸਾਰੇ ਉਸਦੇ ਵਿੱਚ ਸ਼ਾਮਿਲ ਹੋਣਗੇ। ਹੁਣ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਅੱਜ ਸੁਣਦੇ ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜਿਹੜਾ ਆਦੇਸ਼ ਦਿੱਤਾ ਗਿਆ ਉਹ ਸੁਣਦੇ ਹਾਂ, ਉਸ ਤੋਂ ਬਾਅਦ ਗਿਆਨੀ ਰਣਜੀਤ ਸਿੰਘ ਵੱਲੋਂ ਜੋ ਕਿਹਾ ਗਿਆ ਉਹ ਸੁਣਦੇ ਹਾਂ, ਇਸ ਤੋਂ ਬਾਅਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾਕਟਰ ਦਲਜੀਤ ਸਿੰਘ ਚੀਮਾ। ਆਪਾਂ ਸਾਰਿਆਂ ਦੀ ਜਿਹੜੀ ਹੈਗੀ ਆ, ਉਹਨਾਂ ਨੇ ਜਿਹੜੇ ਵੀ ਆਪਣੇ ਜਿਹੜੇ ਬਿਆਨ ਦਿੱਤੇ ਆ, ਜਿਹੜੀ ਉਹਨਾਂ ਨੇ ਆਪਣੀ ਪਹਿਲਾ ਜਿਹੜਾ ਉਹਦਾ ਰਿਐਕਸ਼ਨ ਦਿੱਤਾ ਹੈਗਾ ਉਹ ਆਪਾਂ ਸੁਣਦੇ ਹਾਂ, ਉਸ ਤੋਂ ਬਾਅਦ ਅਗਲੀ ਗੱਲਬਾਤ ਕਰਦੇ ਜੀ। ਜੋ ਵੀ ਹੁਕਮ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤਾ ਗਿਆ, ਸ਼੍ਰੋਮਣੀ ਅਕਾਲੀ ਦਲ ਉਸ ਹੁਕਮ ਨੂੰ ਸਿਰ ਨਵਾ ਕੇ ਪ੍ਰਵਾਨ ਕਰਦਾ। ਜਿਸ ਦਿਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬਤੌਰ ਪ੍ਰਧਾਨ ਸਪਸ਼ਟੀਕਰਨ ਦੇ ਕੇ ਆਏ ਸੀ, ਉਹਨਾਂ ਨੇ ਉਸ ਦਿਨ ਵੀ ਬਿਲਕੁਲ ਸਪਸ਼ਟ ਕੀਤਾ ਸੀ ਕਿ ਜੋ ਹੁਕਮ ਸ਼੍ਰੋਮਣੀ ਅਕਾਲੀ ਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏਗਾ ਅਸੀਂ ਪ੍ਰਵਾਨ ਕਰਾਂਗੇ। ਇਸ ਕਰਕੇ ਅੱਜ ਜਿਹੜਾ ਹੁਕਮ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵਾਸਤੇ ਆਇਆ, ਜਾਂ ਜਿਹੜਾ ਉਸ ਵੇਲੇ ਦੇ ਸਾਰੇ ਕੈਬਨਿਟ ਮੰਤਰੀ ਸਾਹਿਬਾਨ ਦੇ ਸਬੰਧ ਵਿੱਚ ਆਇਆ, ਅਸੀਂ ਉਹਨੂੰ ਸਿਰ ਨਵਾ ਕੇ ਪ੍ਰਵਾਨ ਕਰਦੇ ਹਾਂ। ਜਿਸ ਤਰੀਕੇ ਹੁਕਮ ਹੋਇਆ ਅਸੀਂ ਉਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਤਮਸਤਕ ਹੋ ਕੇ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਵੀ ਦਿਆਂਗੇ। ਜੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਆਦੇਸ਼ ਹੋਇਆ ਉਹ ਵੀ ਪੂਰਾ ਕਰਨਗੇ। ਸੋ ਬਿਲਕੁਲ, ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦੇ ਰਾਹੀਂ ਜੁੜ ਚੁੱਕੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਜੋ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਗੱਲਬਾਤ ਕਰਦੇ ਆ। ਪ੍ਰੋਫੈਸਰ ਸਾਹਿਬ, ਜੋ ਅੱਜ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨਾਂ ਦਾ ਫੈਸਲਾ ਆਇਆ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਅੱਜ ਜੋ ਸਿੰਘ ਸਾਹਿਬਾਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਪੀਚ ਤੇ ਫੈਸਲਾ ਸੁਣਾਇਆ, ਮੈਂ ਸਮਝਦਾ ਇਸ ਵਕਤ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਜੀ। ਜੋ ਗੱਲਾਂ ਅਸੀਂ ਕਹੀਆਂ ਸੀ ਉਹ ਸੱਚ ਸਾਬਤ ਹੋਈਆਂ ਨੇ, ਜਿਹੜੀਆਂ ਜਿਹੜਾ ਸੱਚ ਪੰਥ ਦੀਆਂ ਭਾਵਨਾਵਾਂ ਦੀ ਫਰਿਆਦ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲੈ ਕੇ ਗਏ, ਉਹਨੂੰ ਉਹਨਾਂ ਨੇ ਠੀਕ ਮੰਨਿਆ। ਔਰ ਉਹ ਦੋਸ਼ ਜੋ ਕਦੇ ਨਾਗਪੁਰ ਦਾ ਫੈਸਲਾ, ਕਦੇ ਬੀਜੇਪੀ ਦਾ ਸਾਜ਼ਿਸ਼, ਉਹ ਗੱਲਾਂ ਨੂੰ ਸਾਰੀਆਂ ਨੂੰ ਨਕਾਰਿਆ ਜੀ। ਔਰ ਮੈਂ ਇਹ ਵੀ ਅਪੀਲ ਕਰਦਾ ਆਪਣਾ ਸਤਿਗੁਰੂ ਸਿੰਘ ਬਾਦਲ ਸਾਹਿਬ ਨੂੰ ਵੀ ਖਿੜੇ ਮੱਥੇ ਪ੍ਰਵਾਨ ਕਰਨ, ਇੱਥੇ ਕਿੰਤੂ ਪਰੰਤੂ ਜਾਂ ਹੋਰ ਸਵਾਲੀਆਂ ਜੀ ਨਾ ਖੜੇਗਾ, ਕਿਉਂਕਿ ਇਹ ਪ੍ਰਥਾ ਰਹੀ ਆ ਕਿ ਜਿਹੜਾ ਵੀ ਦੋਸ਼ੀ ਠਹਿਰਾਇਆ ਜਾਂਦਾ, ਤਨਖਾਹੀਆ ਦੇ ਕਰਾਰ ਦਿੱਤਾ ਜਾਂਦਾ, ਉਹ ਮਤਲਬ ਕਿਸੇ ਵੀ ਪੰਥਕ ਜ਼ਿੰਮੇਵਾਰੀ ਤੋਂ ਉਹਨੂੰ ਪਾਰ ਹੋਣਾ ਪੈਂਦਾ, ਕਿਸੇ ਵੀ ਪੰਥਕ ਜ਼ਿੰਮੇਵਾਰੀ ਤੋਂ ਉਹਨੂੰ ਦੂਰ ਰਹਿਣਾ ਪੈਂਦਾ। ਸੋ ਇਸ ਕੇਸ ਵਿੱਚ ਤਾਂ ਉਹਨਾਂ ਨੇ ਸਪੈਸੀਫਿਕ ਤੌਰ ਤੇ ਮਤਲਬ ਹੁਕਮ ਕੀਤਾ ਕਿ ਉਹ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਵਿਚਰਨ, ਜਿੰਨੀ ਦੇਰ ਖਾਲਸਾ ਪੰਥ ਉਹਨਾਂ ਨੂੰ ਮਾਫ਼ ਨਹੀਂ ਕਰ ਦਿੰਦਾ। ਸੋ ਇਸ ਕਰਕੇ
ਇਸ ਕੇਸ ਦੇ ਵਿੱਚ ਤਾਂ ਬੜਾ ਸਾਫ਼ ਤੇ ਸਪਸ਼ਟ ਆ ਕਿ ਉਹਨਾਂ ਨੂੰ ਪ੍ਰਧਾਨਗੀ ਤੋਂ ਲਾਂਭੇ ਹੋਣਾ ਚਾਹੀਦਾ। ਪ੍ਰੋਫੈਸਰ ਸਾਹਿਬ ਇੱਕ ਹੋਰ ਵੀ ਉਹਨਾਂ ਨੇ ਕਿਹਾ, ਕਹਿੰਦੇ ਸਿੰਘ ਸਾਹਿਬਾਨ ਜਿਹੜਾ 2007 ਤੋਂ ਲੈ ਕੇ 2017 ਤੱਕ ਜਿਹੜੇ ਵੀ ਇਸ 2007 ਤੋਂ ਲੈ ਕੇ 2017 ਦੇ ਵਿੱਚ ਜਿਹੜੇ ਵੀ ਕੈਬਨਿਟ ਦੇ ਵਿੱਚ ਰਹੇ ਨੇ ਉਹ ਸਾਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਜਿਹੜਾ ਪੇਸ਼ ਹੋਣਗੇ, ਕਿਉਂਕਿ ਉਹਨਾਂ ਦੀ ਸਰਕਾਰ ਦੇ ਵਿੱਚ ਜਿਹੜੇ ਕੈਬਨਿਟ ਦੇ ਵਿੱਚ ਸਨ ਤਾਂ ਉਹ ਵੀ ਜਿਹੜਾ ਨਾਲ ਪੇਸ਼ ਹੋਣਗੇ। ਹੁਣ ਤੁਹਾਡੇ ਜਿਹੜੇ ਬਾਗੀ ਧੜੇ ਦੇ ਨੇ ਕੀ ਉਹ ਵੀ ਪੇਸ਼ ਹੋਣਗੇ ਨਾਲ? ਬਾਗੀ ਜਾਂ ਬਿਨਾਂ ਬਾਗੀ, ਪਹਿਲੀ ਗੱਲ ਤਾਂ ਹੁਣ ਬਾਗੀ ਕਹਿਣਾ ਹੀ ਬੰਦ ਕਰ ਦਿਓ, ਕਿਉਂਕਿ ਬਾਗੀ ਹੁਣ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਅਸਲੀ ਮੰਨ ਲਏ, ਸੱਚ ਮੰਨ ਲਿਆ ਜੀ। ਹੁਣ ਤਾਂ ਮਤਲਬ ਮੈਂ ਸਮਝਦਾ ਵੀ ਜਿਨ੍ਹਾਂ ਨੇ ਆਵਾਜ਼ ਉਠਾਈ ਚਾਹੇ ਕੋਈ ਵੀ ਹੋਵੇ ਉਹ ਮਤਲਬ ਇਹ ਗੱਲਾਂ ਸੁਖਬੀਰ ਸਿੰਘ ਬਾਦਲ ਹੋਣਾ ਤੇ ਨਹੀਂ ਲਾਗੂ ਹੁੰਦਾ, ਸਾਰਿਆਂ ਨੂੰ ਕੁਦਰਤੀ ਤੌਰ ਤੇ ਉੱਤੇ ਸਪਸ਼ਟੀਕਰਨ ਦੇਣ ਲਈ ਜਿਹਨਾਂ ਨੂੰ ਕਿਹਾ ਉਹ ਜਾ ਕੇ ਦੇਣਗੇ ਸਪਸ਼ਟੀਕਰਨ ਆਪਣਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ। ਜੇ ਅਸੀਂ ਸੁਖਬੀਰ ਸਿੰਘ ਬਾਦਲ ਤੋਂ ਆਸ ਕਰਦੇ ਹਾਂ ਕਿ ਉਹ ਮਤਲਬ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇਣ, ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨਣ, ਕੁਦਰਤੀ ਤੌਰ ਤੇ ਜਿਹੜੇ ਸਾਡੇ ਸਾਥੀਆਂ ਵੀ ਉਹ ਫੈਸਲੇ ਨੂੰ ਲਾਗੂ ਕਰਨ। ਠੀਕ ਹੈ ਠੀਕ ਹੈ, ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਦੇ ਲਈ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿ ਖਾਲਸਾ ਵਾਹਿ ਫਤਿਹ। ਸਿੰਘ ਸਾਹਿਬ ਚੜ੍ਹਦੀ ਕਲਾ ਟਾਈਮ ਟੀਵੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਵਾਹਿ ਖਾਲਸਾ ਵਾਹਿ ਫਤਿਹ। ਸਿੰਘ ਸਾਹਿਬ ਥੋੜੀ ਜਾਣਕਾਰੀ ਦਿਓ, ਅੱਜ ਨਾ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ ਹੈ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਤਨਖਈਆ ਕਰਾ ਦਿੱਤਾ ਗਿਆ, ਤਾਂ ਥੋੜੀ ਜਾਣਕਾਰੀ ਦੱਸੋ ਵੀ ਤਨਖਈਆ ਕਰਾ ਦੀ ਪਰਿਭਾਸ਼ਾ ਕੀ ਹੈ, ਤਨਖਾਹ ਜਿਹੜਾ ਇਹ ਹੁੰਦਾ ਇਹ ਉਹਦਾ ਮਕਸਦ ਕੀ ਹੁੰਦਾ ਤਨਖਈਆ ਕਰਾਰ ਦਾ? ਦੇਖੋ ਜੀ, ਜਿਹੜਾ ਸਵੈਤ ਮਰਿਆਦਾ ਚ ਲਿਖਿਆ ਹੈਗਾ 27 ਨੰਬਰ ਅੰਗ ਤੇ ਜੀ, ਉਹਦੇ ਤੇ ਇਹ ਲਿਖਿਆ ਹੈਗਾ ਸਿੱਖ ਰਹਿਤ ਮਰਿਆਦਾ ਚ ਵੀ ਜਿਹੜਾ ਰਾਮ ਰਾਈ ਹੈ, ਧੀਰ ਮੱਲੀਆ ਜਾਂ ਹੋਰ ਇਸ ਤਰ੍ਹਾਂ ਦੇ ਕੰਮ ਕਰਦਾ ਉਹ ਤਨਖਾਹੀਆ ਜੀ, ਤੇ ਉਹਨਾਂ ਚੋਂ ਤੇ ਕੋਈ ਕੰਮ ਮੇਰਾ ਖਿਆਲ ਨਹੀਂ ਬਈ ਬਾਦਲ ਸਾਹਿਬ ਨੇ ਕੀਤਾ ਹੋਏਗਾ ਜੀ, ਜਾਂ ਤਨਖਾਹੀਆ ਮੰਨਿਆ ਜਾਂਦਾ। ਤੇ ਬਾਕੀ ਜਿਹੜਾ ਪੰਥ ਦਾ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਚੋਂ ਜਿਹੜਾ ਅਨਾਉਂਸ ਹੋਇਆ ਜੀ, ਉਹਦੇ ਬਾਰੇ ਕਿੰਤੂ ਨਹੀਂ ਅਸੀਂ ਕਰ ਸਕਦੇ ਜੀ। ਤੇ ਦੂਸਰੀ ਗੱਲ ਇਹ ਹੈ ਬਈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ ਇੱਕ ਡਾਊਨ ਟੂ ਅਰਥ ਸ਼ਖਸੀਅਤ ਨੇ ਗੁਰੂ ਪੰਥ ਦੀ ਜੀ, ਉਹ ਝੁੱਕ ਕੇ ਨਮਸਕਾਰ ਕਰਕੇ ਔਰ ਸ਼ਰਧਾ ਸਹਿਤ ਹਾਜ਼ਰ ਹੋਣਗੇ ਜੀ, ਤੇ ਜੋ ਤਨਖਾਹ ਪੰਥ ਉਹਨਾਂ ਨੂੰ ਲਾਏਗਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਤਨਖਾਹ ਲੱਗੇਗੀ ਉਹ ਪ੍ਰੇਮ ਨਾਲ ਉਹਨੂੰ ਪੂਰੀ ਕਰਨਗੇ ਜੀ, ਔਰ ਫਿਰ ਤੋਂ ਪੰਥ ਵਿੱਚ ਸੇਵਾ ਕਰਨਗੇ ਜਿਵੇਂ ਪਹਿਲਾਂ ਕਰ ਰਹੇ ਨੇ ਜੀ। ਇਸ ਲਈ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਵੀ ਕਹਿਣਾ ਚਾਹਾਂਗੇ ਕਿ ਤੁਸੀਂ ਜਲਦੀ ਤੋਂ ਜਲਦੀ ਸ੍ਰੀ ਅਕਾਲ ਤਖ਼ਤ ਸਾਹਿਬ ਹਾਜ਼ਰ ਹੋ ਕੇ ਜੋ ਪੰਜ ਸਿੰਘ ਸਾਹਿਬਾਨ ਉਹਨਾਂ ਤੇ ਤਨਖਾਹ ਆਇਦ ਕਰਨਗੇ ਉਹਨੂੰ ਮਨਜ਼ੂਰ ਕਰਕੇ ਪੰਥ ਦੀ ਸੇਵਾ ਵਿੱਚ ਹਾਜ਼ਰ ਹੋਣ। ਠੀਕ ਹੈ ਠੀਕ ਹੈ ਸਿੰਘ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਦੇ ਲਈ, ਧੰਨਵਾਦ ਤੁਹਾਡਾ। ਵਾਹਿਗੁਰੂ ਖਾਲਸਾ ਵਾਹਿਗੁਰੂ। ਦੇਖੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਤਾਂ ਆਪਾਂ ਪਹਿਲਾਂ ਇਸ ਤੇ ਗੱਲਬਾਤ ਕਰ ਹੀ ਚੁੱਕੇ ਹਾਂ ਕਿ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਬਾਰੇ ਕਿਹਾ ਤੇ ਸਮੁੱਚੀ ਬੁਝਾਰਤ ਬਾਰੇ। ਬਿਲਕੁਲ। ਉਸ ਤੋਂ ਬਾਅਦ ਜੇਕਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਬਾਰੇ ਕਰੀਏ ਤਾਂ ਉਹ ਇੱਕ ਬਾਗੀ ਧੜਾ ਹੋਣੇ ਸੀ। ਬਿਲਕੁਲ। ਜਦੋਂ ਕੋਈ ਵੀ ਗੱਲ ਸਹੀ ਹੈ ਚਾਹੇ ਗਲਤ ਹੈ, ਬਾਗੀ ਧੜੇ ਨੇ ਤਾਂ ਵਿਰੋਧੀ ਧਿਰ ਨੂੰ ਗਲਤ ਹੀ ਕਹਿਣਾ। ਉਹਨਾਂ ਨੇ ਰਮਾਣਾ ਜੀ ਬਿਲਕੁਲ ਇਹੀ ਗੱਲ ਕਹੀ ਹੈ, ਕਹਿੰਦੇ ਵੀ ਹੁਣ ਤਾਂ ਸਿੰਘ ਸਾਹਿਬਾਨਾਂ ਨੇ ਵੀ ਕਹਿਤਾ ਤਾਂ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਉਹ ਅਸਤੀਫਾ ਦੇ ਦੇਣਾ ਚਾਹੀਦਾ, ਕਿਉਂਕਿ ਹੁਣ ਤਾਂ ਉਹਨਾਂ ਕੋਲ ਜਿਹੜਾ ਕਬੂਲ ਹੋਈ ਗਈ, ਕਹਿੰਦਾ ਹੁਣ ਤਾਂ ਜਥੇਦਾਰ ਸਾਹਿਬਾਨ ਨੇ ਵੀ ਕਬੂਲ ਕਰ ਲਿਆ ਤਾਂ ਉਸ 'ਤੇ ਕਿੰਤੂ ਪੰਤੂ ਜਿਹੜਾ ਨਹੀਂ ਕਰਨੀ ਚਾਹੀਦੀ। ਵੈਸੇ ਇੱਕ ਗੱਲ ਹੈਗੀ ਹੈ ਅਮਰਜੀਤ, ਵੀ ਆਪਾਂ
ਸਿਰਫ ਅਸਤੀਫੇ ਦੀ ਕਿਉਂ ਅਟਕੇ ਹੋਏ ਆ? ਇਹ ਬਿਲਕੁਲ ਇਹੀ ਸਵਾਲ ਸੀ। ਗੱਲ ਇਹ ਹੈ ਕਿ ਆਪਾਂ ਸਿਰਫ ਇੱਕੋ ਗੱਲ ਤੇ ਅਟਕੇ ਹੋਏ ਆ ਕਿ ਅਸਤੀਫਾ ਅਸਤੀਫਾ ਅਸਤੀਫਾ, ਸੁਖਵੀਰ ਸਿੰਘ ਬਾਦਲ ਅਸਤੀਫਾ ਦੇਣ। ਹੁਣ ਉਹਨਾਂ ਨੇ ਕੱਲ ਆਪਣੀਆਂ ਸਾਰੀਆਂ ਪਾਵਰਾਂ ਸਾਰੀਆਂ ਜ਼ਿੰਮੇਵਾਰੀਆਂ ਪ੍ਰਧਾਨਗੀ ਦੀਆਂ ਉਹਨਾਂ ਨੇ ਆਪਣੇ ਬਲਵਿੰਦਰ ਸਿੰਘ ਭੁੰਦੜ ਨੂੰ ਦਿੱਤੀਆਂ, ਜਿਹੜੇ ਸੀਨੀਅਰ ਆਗੂ ਨੇ ਪਾਰਟੀ ਦੇ। ਪਰ ਵਿਰੋਧੀ ਤੇ ਫਿਰ ਇਹੀ ਗੱਲ ਕਹਿ ਰਿਹਾ, ਉਹ ਫਿਰੋਂ ਤੇ ਵੀ ਸਵਾਲ ਉਠਾ ਰਿਹਾ, ਆਪਾਂ ਇਸ ਤੇ ਕੱਲ ਗੱਲਬਾਤ ਕਰ ਚੁੱਕੇ ਹਾਂ। ਪਰ ਹੁਣ ਗੱਲ ਇਹ ਹੈ ਵੀ ਅਸਤੀਫਾ ਕੀ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਣਗੇ? ਉਹ ਕਹਿੰਦੇ ਵੀ ਮੈਂ ਅਸਤੀਫਾ ਦੇਵਾਂਗਾ। ਸੁਖਵੀਰ ਸਿੰਘ ਬਾਦਲ ਦਾ ਵੀ ਬਿਆਨ ਆਇਆ, ਉਹ ਕਹਿੰਦੇ ਮੈਂ ਅਸਤੀਫਾ ਦੇਣਾ, ਪਰ ਜੇ ਮੈਨੂੰ ਡੈਲੀਗੇਟ ਕਹਿਣਗੇ, ਮੇਰੇ ਪਾਰਟੀ ਦੇ ਆਗੂ ਕਹਿਣਗੇ, ਕੋਰ ਕਮੇਟੀ ਪਏਗੀ, ਤਾਂ ਅਸਤੀਫਾ ਦੇਣਾ। ਉਹ ਕਹਿੰਦਾ ਮੈਂ ਪੰਜ ਬੰਦੇ ਪਿੱਛੇ ਅਸਤੀਫਾ ਥੋੜ੍ਹਾ ਦੇਣਾ? ਜੇਕਰ ਤੁਸੀਂ ਪਾਰਟੀ 'ਚੋਂ 10 ਬੰਦੇ ਅਲੱਗ ਹੋ ਕੇ ਕਹੋ ਅਸਤੀਫਾ ਦੇਵੋ, ਉਹ ਅਸਤੀਫਾ ਨਹੀਂ ਦੇਣਾ। ਮੈਂ ਤਾਂ ਅਸਤੀਫਾ ਤਾਂ ਦੇਣਾ ਜਦੋਂ ਮੇਰੀ ਪਾਰਟੀ ਦੇ ਡੈਲੀਗੇਟ, ਮੇਰੀ ਲੀਡਰਸ਼ਿਪ, ਕੋਰ ਕਮੇਟੀ ਜਾਂ ਜਿਹੜੀ ਸਮੁੱਚੀ ਲੀਡਰਸ਼ਿਪ ਹੋ ਜਾਏਗੀ ਤਾਂ ਅਸਤੀਫਾ ਦੇਣਾ। ਹੁਣ ਉਸ ਤੋਂ ਬਾਅਦ ਆ ਜਾਓ ਡਾਕਟਰ ਦਲਜੀਤ ਸਿੰਘ ਚੀਮਾ। ਬਿਲਕੁਲ, ਡਾਕਟਰ ਦਲਜੀਤ ਸਿੰਘ ਚੀਮਾ ਕਹਿ ਰਹੇ ਨੇ ਉਹੀ ਗੱਲ ਕਹੀ ਹੈ ਕਿ ਸੁਖਵੀਰ ਸਿੰਘ ਬਾਦਲ ਇੱਕ ਨਿਮਾਣੇ ਸਿੱਖ ਵਜੋਂ ਜਾਣਗੇ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਉਹ ਸਿਰ ਮੱਥੇ ਪ੍ਰਵਾਨ ਆ। ਇਹ ਗੱਲ ਤਾਂ ਸਾਰਾ ਅਕਾਲੀ ਦਲ ਦਾ ਜਿਹੜਾ ਕੇਡਰ ਇਹ ਗੱਲ ਕਹਿ ਰਿਹਾ। ਪਰ ਹੁਣ ਅਗਲੀ ਗੱਲ ਇਹ ਹੈ ਕਿ ਕੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਕਿਹੜੀ ਸੁਣਾਈ ਜਾਣੀ? ਕੀ ਮਿਸਾਲੀ ਸਜ਼ਾ ਹੋਏਗੀ? ਉਹ ਗੱਲ ਤੇ ਖੜੀ ਹੈ ਕਿ ਸਜ਼ਾ ਕਿਹੜੀ ਹੋਏਗੀ? ਕੀ ਉਹੀ ਗੱਲ ਜਿਹੜੀ ਆਪਾਂ ਕਹਿ ਰਹੇ ਹਾਂ ਅੱਜ ਸੋਸ਼ਲ ਮੀਡੀਆ ਤੇ ਸਵੇਰ ਤੋਂ ਇਹ ਗੱਲ ਘੁੰਮ ਰਹੀ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ 4 ਸਾਲ ਲਈ, 5 ਸਾਲ ਲਈ, 10 ਸਾਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰਾਜਨੀਤੀ ਤੋਂ ਲਾਂਭੇ ਕੀਤਾ ਜਾਏ? ਰੁਪਾਣਾ ਜੀ, ਇਸ ਮਸਲੇ ਨੂੰ ਲੈ ਕੇ ਜਿਹੜੇ ਸਾਬਕਾ ਜਥੇਦਾਰ ਆ ਗਿਆਨੀ ਰਣਜੀਤ ਸਿੰਘ ਜੀ, ਤਾਂ ਮੈਂ ਉਹਨਾਂ ਨੂੰ ਸਵਾਲ ਵੀ ਕੀਤਾ ਸੀ ਕਿ ਕਿਉਂਕਿ ਜਥੇਦਾਰ ਦਾ ਕੋਈ ਦਾਇਰਾ ਹੈਗਾ ਕਿ ਰਾਜਨੀਤਿਕ ਤੋਂ ਜਿਹੜੀ ਹੈ ਕੋਈ ਸਜ਼ਾ ਸੁਣਾਈ ਜਾਵੇ? ਕਹਿੰਦੇ ਸਿੰਘ ਸਾਹਿਬਾਨ ਦਾ ਕੋਈ ਇੱਦਾਂ ਦਾ ਕੋਈ ਦਾਇਰਾ ਨਹੀਂ ਹੈ ਕਿ ਉਹ ਰਾਜਨੀਤਿਕ ਪ੍ਰਤੀ ਜਿਹੜਾ ਕੋਈ ਫੈਸਲਾ ਉਹ ਲੈ ਸਕਦੇ ਨੇ, ਸਿਰਫ ਧਾਰਮਿਕ ਪ੍ਰਤੀ ਜਿਹੜਾ ਫੈਸਲਾ ਲੈ ਸਕਦੇ ਨੇ, ਕੋਈ ਧਾਰਮਿਕ ਸਜ਼ਾ ਸੁਣਾ ਸਕਦੇ ਨੇ, ਉਹਨਾਂ ਨੂੰ ਪਾਠ ਕਰਨ ਲਈ ਕਹਿ ਸਕਦੇ ਨੇ, ਭਾਂਡੇ ਮਾਂਜਣ ਦੀ ਸੇਵਾ ਕਹਿ ਸਕਦੇ ਨੇ, ਜੋੜੇ ਝਾੜਨ ਦੀ ਸੇਵਾ ਕਹਿ ਸਕਦੇ ਨੇ, ਜਾਂ ਉੱਥੇ ਖੰਡਪਾਠ ਸਾਹਿਬ ਆਰੰਭ ਕਰਵਾਉਣ ਦੀ ਸੇਵਾ ਕਹਿ ਸਕਦੇ ਨੇ। ਜੇ ਤੁਸੀਂ ਕਹੋ ਵੀ ਹਾਂ ਵੀ 2 ਸਾਲ ਲਈ ਜਾਂ 3 ਸਾਲ ਲਈ ਜਾਂ 5 ਸਾਲ ਲਈ ਵੀ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ ਰਾਜਨੀਤੀ ਛੱਡ ਦੇਣਗੇ, ਜਾਂ ਇੱਦਾਂ ਦਾ ਜਾਂ ਜਿਹੜਾ ਜਥੇਦਾਰ ਕੋਈ ਬਿਆਨ ਦੇਣਗੇ ਜਾਂ ਆਪਣਾ ਫਰਮਾਨ ਜਾਰੀ ਕਰਨਗੇ, ਇੱਦਾਂ ਦਾ ਕਹਿੰਦਾ ਕੋਈ ਵੀ ਜਿਹੜਾ ਪੈਮਾਨੇ ਦੇ ਵਿੱਚ ਸਿੱਖ ਧਰਮ ਦੇ ਪੈਮਾਨੇ ਵਿੱਚ ਸਾਡੇ 5 ਸਿੱਖ ਪੈਮਾਨਾਂ ਦੇ ਵਿੱਚ ਕੋਈ ਨਹੀਂ ਹੈ ਇੱਦਾਂ ਦਾ। ਦੇਖੋ ਅਮਰਜੀਤ, ਗੱਲ ਇਹ ਆ ਹੁਣ ਦੇਖਣਾ ਇਹ ਹੋਵੇਗਾ ਕਿ ਸਿੰਘ ਸਾਹਿਬਾਨ ਕੀ ਕਹਿੰਦੇ ਨੇ, ਉਸ ਤੇ ਆਪਾਂ ਕਿੰਤੂ ਪਰੰਤੂ ਨਹੀਂ ਕਰ ਸਕਦੇ, ਤੇ ਇਹ ਵੀ ਨਹੀਂ ਕਹਿ ਸਕਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ। ਠੀਕ ਹੈ, ਉਸ ਤੇ ਕੋਈ ਵੀ ਕਿੰਤੂ ਪਰੰਤੂ ਹੋ ਹੀ ਨਹੀਂ ਸਕਦਾ। ਪਰ ਇੱਕ ਗੱਲ ਜ਼ਰੂਰ ਸਾਹਮਣੇ ਆ ਰਹੀ ਆ ਵੀ ਜੇਕਰ ਇੱਥੇ ਗੱਲ ਜੇ ਹੈ ਵੀ ਜੇਕਰ ਸਿੰਘ ਸਾਹਿਬਾਨ ਇਹ ਗੱਲ ਕਹਿ ਦਿੰਦੇ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਲਾ ਦਿੱਤੀ ਜਾਂਦੀ ਹੈ ਤੇ ਜਿਹੜਾ ਬਾਗੀ ਧੜਾ ਹੈ ਉਹਨੂੰ ਇੱਕ ਆਦੇਸ਼ ਦਿੱਤਾ ਜਾਂਦਾ ਕਿ ਸਮੁੱਚੀ ਸਿੱਖ ਕੌਮ, ਸਮੁੱਚਾ ਪੰਥ, ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਇੱਕ ਸਟੇਜ ਤੇ ਇਕੱਠੀ ਹੋਈ ਜਾਣੀ, ਇੱਕ ਪਲੇਟਫਾਰਮ ਤੇ ਇਕੱਠੀ ਹੋਣੀ ਚਾਹੀਦੀ ਆ, ਇਹ ਆਦੇਸ਼ ਹੈ। ਹੁਣ ਗੱਲ ਇਹ ਕਿ ਆਦੇਸ਼ ਨੂੰ ਮੋੜੇਗਾ ਕੌਣ ਤੇ ਕਿਹੜੀ ਧਿਰ ਦੇਸ਼ ਨੂੰ ਨਹੀਂ ਮੰਨੇਗੀ? ਹੁਣ ਗੱਲ ਇੱਥੇ ਹੈ ਕਿ ਕਿਹੜੀ ਧਿਰ ਦੇਸ਼ ਨੂੰ ਨਹੀਂ ਮੰਨੇਗੀ ਤੇ ਕਿਹੜੀ ਧਿਰ ਜਿਹੜੀ ਹੈਗੀ ਆ ਦੇਸ਼ ਨੂੰ ਮਨਾ ਕਰੇਗੀ। ਜੇਕਰ ਬਾਗੀ ਧਿਰ ਫਿਰ ਉੱਥੇ ਆ ਗਈ, ਜੇਕਰ ਬਾਗੀ ਧਿਰ ਫਿਰ ਉੱਥੇ ਆ ਜਾਂਦੀ ਹੈ ਕਿ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਣ, ਕਿਉਂਕਿ ਸ਼ੁਰੂ ਤੋਂ ਅਸਤੀਫਾ ਗੱਲ ਚੱਲ ਰਹੀ ਹੈ, ਤਾਂ ਸੁਖਵੀਰ ਸਿੰਘ ਬਾਦਲ ਕਹਿੰਦੇ ਵੀ ਮੈਂ ਤਾਂ ਪਿੱਛੇ ਹਟ ਗਿਆ, ਮੇਰੇ ਕੋਲ ਤਾਂ ਕੋਈ ਪਾਵਰ ਹੀ ਹੈ ਨਹੀਂ। ਪਾਵਰਾਂ ਸਾਰੀਆਂ ਇਸ ਸਮੇਂ ਬਲਵਿੰਦਰ ਸਿੰਘ ਭੁੰਦੜ ਕੋਲ ਹੈ। ਠੀਕ ਹੈ, ਜੇਕਰ ਤੁਸੀਂ ਜਾਣਾ ਹੈ, ਤੁਸੀਂ ਇਕੱਠੇ ਹੋਣਾ, ਤਾਂ ਤੁਸੀਂ ਬਲਵਿੰਦਰ ਸਿੰਘ ਭੁੰਦੜ ਨਾਲ ਗੱਲ ਕਰੋ। ਤੁਸੀਂ ਜਿੰਨਾ ਮਰਜ਼ੀ ਕਹੀ ਜਾਓ ਕਿ ਬਲਵਿੰਦਰ ਸਿੰਘ ਭੁੰਦੜ ਨੇ ਜਿਹੜੇ ਉਹ ਵੀ ਅਕਾਲੀ ਦਲ ਦੇ ਲੀਡਰ ਨੇ, ਉਹ ਵੀ ਸੁਖਵੀਰ ਸਿੰਘ ਬਾਦਲ ਦੇ ਖਾਸਮ ਖਾਸ ਨੇ, ਉਹ ਵੀ ਸੁਖਵੀਰ ਸਿੰਘ ਬਾਦਲ ਦੇ ਜਿਹੜਾ ਇੱਕ ਦੂਜਾ ਰੂਪ ਨੇ, ਤੁਸੀਂ ਕਹੀ ਜਾਓ। ਪਰ ਗੱਲ ਇਹ ਹੈ ਕਿ ਜੇਕਰ ਤੁਸੀਂ
ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਨਹੀਂ ਮੰਨ ਰਹੇ, ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਥੱਲੇ ਇੱਕ ਪਲੇਟਫਾਰਮ ਥੱਲੇ ਇਕੱਠੇ ਨਹੀਂ ਹੋਣਾ, ਤਾਂ ਤੁਹਾਨੂੰ ਬਲਵਿੰਦਰ ਸਿੰਘ ਭੁੰਦਰ ਕੋਲ ਤਾਂ ਜਾਣਾ ਪਊਗਾ ਨਾ। ਜਾਣ ਕੇ ਆਪਾਂ ਸਮਝਦੇ ਉਮੀਦ ਹੈਗੀ ਆ ਵੀ ਹੁਣ ਜਿਹੜੇ ਅਕਾਲੀ ਦਲ ਦੇ ਬਾਗੀ ਲੀਡਰ ਨੇ ਜਾਂ ਅਕਾਲੀ ਦਲ ਦਾ ਇੱਕ ਧੜਾ, ਜੇਕਰ ਜਥੇਦਾਰ ਸਾਹਿਬਾਨ ਕਹਿ ਦਿੰਦੇ ਨੇ ਵੀ ਹਾਂ ਇੱਕ ਪਲੇਟਫਾਰਮ ਦੇ ਇਕੱਠੇ ਹੋ ਜਾਓ, ਤਾਂ ਸੰਭਾਵਨਾ ਹੈਗੀ ਆ ਵੀ ਅਕਾਲੀ ਦਲ ਮੁੜ ਜਿਹੜਾ ਇਕੱਠਾ ਹੋ ਸਕਦਾ। ਦੇਖੋ ਇਹ ਵੀ ਇੱਕ ਮਿਸਾਲੀ ਫੈਸਲਾ, ਜਿਵੇਂ ਆਪਾਂ ਕੱਲ੍ਹ ਤੋਂ ਕਹਿ ਰਹੇ ਹਾਂ, ਪਰਸੋਂ ਤੋਂ ਆਪਾਂ ਸੁਣ ਰਹੇ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਿਹੜੀ ਮਿਸਾਲੀ ਸਜ਼ਾ ਦਿੱਤੀ ਜਾਏਗੀ, ਕਿਹੜਾ ਮਿਸਾਲੀ ਫੈਸਲਾ ਆਏਗਾ। ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਲਾ ਕੇ ਨਾਲ ਦੀ ਨਾਲ ਦੋਨਾਂ ਧਿਰਾਂ ਨੂੰ ਇਕੱਠੇ ਹੋਣ ਦਾ ਫੈਸਲਾ ਸੁਣਾਇਆ ਜਾ ਸਕਦਾ, ਇਹ ਕੋਈ ਧਾਰਮਿਕ ਨਹੀਂ ਹੈ। ਜੇਕਰ ਆਪਾਂ ਕਹਿ ਰਹੇ ਹਾਂ ਕਿ ਸੁਖਬੀਰ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਦਹਿਰਾ ਉਹ ਧਾਰਮਿਕ ਨਹੀਂ ਹੈ, ਉਹ ਧਾਰਮਿਕ ਉਹਨਾਂ ਦਹਿਰਾ ਧਾਰਮਿਕ ਹੈ, ਰਾਜਨੀਤੀ ਨਹੀਂ ਹੈ, ਠੀਕ ਹੈ। ਤਾਂ ਠੀਕ ਹੈ ਕਿ ਰਾਜਨੀਤੀ ਨਹੀਂ ਹੈ, ਪਰ ਦੋਨਾਂ ਧਿਰਾਂ ਨੂੰ ਇਕੱਠੇ ਹੋਣਾ, ਇੱਕ ਸਿੱਖ ਪੰਥ ਨੂੰ ਇਕੱਠੇ ਕਰਨਾ, ਇੱਕ ਸਿੱਖ ਆਗੂਆਂ ਨੂੰ ਇਕੱਠੇ ਕਰਨਾ, ਉਹਨਾਂ ਨੂੰ ਆਦੇਸ਼ ਦੇਣਾ ਕਿ ਸਮੁੱਚੀ ਸਿੱਖ ਪੰਥ ਦੀ ਜਿਹੜੀ ਅਕਾਲੀ ਦਲ ਦੀ ਲੀਡਰ ਹੈ, ਸ਼੍ਰੋਮਣੀ ਅਕਾਲੀ ਦਲ ਲੀਡਰ ਹੈ ਜਿਹੜੀ, ਉਹ ਇੱਕ ਪਲੇਟਫਾਰਮ 'ਤੇ ਇਕੱਠੀ ਹੋਵੇ। ਇਹ ਕੋਈ ਪੋਲੀਟੀਕਲੀ ਉਹ ਨਹੀਂ ਹੈਗਾ ਕਿ ਅਸੀਂ ਪੋਲੀਟੀਕਲੀ ਜਿਹੜੀ ਹੈਗੀ ਆ ਤੁਹਾਨੂੰ ਉਦੇਸ਼ ਦਿੱਤਾ ਨਾ, ਇਹ ਇੱਕ ਧਾਰਮਿਕ ਉਹਦੇ ਵਿੱਚ ਹੀ ਆ ਜਾਂਦੀ ਹੈ, ਠੀਕ ਹੈ, ਕਿਉਂਕਿ ਉਹਨਾਂ ਨੂੰ ਵੀ ਤਾਂ ਸਜ਼ਾ ਬਰਾਬਰ ਦੀ, ਠੀਕ ਹੈ, ਉਹਨਾਂ ਦੇ ਵਿੱਚੋਂ ਵੀ ਕਈ ਲੀਡਰ ਹੋਣਗੇ। ਪਰ ਬੀਬੀ ਜਗੀਰ ਕੌਰ ਨੇ ਕਹਿਤਾ, ਕਹਿੰਦਾ ਮੈਂ ਤਾਂ ਉਸ ਸਮੇਂ ਬਾਜ਼ਾਰ ਦੇ ਵਿੱਚ ਬਹੁਤ ਸਮਾਂ ਘੱਟ ਰਹੀ ਹਾਂ, ਮੇਰਾ ਤਾਂ ਕੋਈ ਰੋਲ ਹੀ ਨਹੀਂ ਹੈ। ਨਹੀਂ, ਗੱਲ ਬੀਬੀ ਜਗੀਰ ਕੌਰ ਦੀ ਨਹੀਂ, ਦੇਖੋ ਗੱਲ ਇੱਥੇ ਇਹ ਹੈ ਕਿ ਆਪਾਂ ਇਹ ਗੱਲ ਹੀ ਕਹਿ ਰਹੇ, ਆਪਾਂ ਕਿਸੇ ਦੇ ਪਰਸਨਲ ਆਪਾਂ ਉਹ ਨਹੀਂ ਕਰ ਰਹੇ ਕਿ ਬੀਬੀ ਜਗੀਰ ਕੌਰ ਹੋ ਸਕਦੀ ਹੈ ਜਾਂ ਪ੍ਰੋਫੈਸਰ ਚੰਦੂ ਮਾਜਰਾ ਹੋ ਸਕਦਾ ਹੈ ਜਾਂ ਕੋਈ ਹੋਰ ਜਿਹੜੀ ਲੀਡਰਸ਼ਿਪ ਹੈ ਜਾਂ ਢੀਂਡਸਾ ਹੋ ਸਕਦਾ, ਇਹ ਨਹੀਂ ਗੱਲ। ਤਾਂ ਇਹ ਹੈ ਕਿ ਉਹਨਾਂ ਦੇ ਵਿੱਚੋਂ ਅਕਾਲੀ ਦਲ ਦੇ ਭਾਈਵਾਲ ਕਿਹੜੇ ਸੀ, ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬਜ਼ਾਰਤ ਕੈਬਨਿਟ ਜਿਹੜੀ ਉਦੋਂ ਦੀ ਸੀਗੀ, ਠੀਕ ਹੈ, ਉਹਨਾਂ ਨੂੰ ਟਾਰਗੇਟ, ਉਹਨਾਂ ਨੂੰ ਕਿਹਾ, ਉਹਨਾਂ ਦਾ ਸਪੈਸੀਫਿਕ ਇਹ ਗੱਲ ਕਹੀ ਹੈ ਕਿ ਉਸ ਸਮੇਂ ਦੀ ਬਜ਼ਾਰਤ, ਬਜ਼ਾਰਤ ਦੇ ਵਿੱਚ ਕੌਣ ਸੀਗਾ, ਬਜ਼ਾਰ ਦੇ ਵਿੱਚ ਬੀਬੀ ਜਗੀਰ ਕੌਰ ਤਾਂ ਨਹੀਂ ਸੀ, ਬਜ਼ਾਰ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਤਾਂ ਨਹੀਂ ਸੀਗੇ, ਠੀਕ ਹੈ, ਇਸ ਕਰਕੇ ਬਜ਼ਾਰਤ ਦੇ ਵਿੱਚ ਪਰਮਿੰਦਰ ਢੀਂਡਸਾ ਸੀ, ਬਜ਼ਾਰ ਦੇ ਵਿੱਚ ਰੱਖੜਾ ਸੀ, ਬਿਲਕੁਲ, ਹਾਂ, ਸੁਰਜੀਤ ਸਿੰਘ ਰੱਖੜਾ ਸੀ, ਇਸ ਕਰਕੇ ਹੋਰ ਜਿਹੜੇ ਹੈਗੇ ਆ ਕਾਫੀ ਬੰਦ ਲੀਡਰ ਜਿਹੜੇ ਹੈਗੇ ਨੇ ਬਾਗੀ ਧੜੇ ਦੇ ਬਜ਼ਾਰਤ ਦੇ ਵਿੱਚ ਸੀਗੇ, ਪਰ ਹੁਣ ਉਹ ਬਜ਼ਾਰਤ ਨੂੰ ਵੀ ਪੇਸ਼ ਹੋਣਾ ਪਊਗਾ, ਪੇਸ਼ ਹੋ ਕੇ ਸਪਸ਼ਟੀਕਰਨ ਕੀ ਦਿੰਦੇ ਨੇ, ਇਹ ਸਮਾਂ ਦੱਸੇਗਾ। ਪਰ ਇਹ ਗੱਲ ਜ਼ਰੂਰ ਆ, ਦੁਬਾਰਾ ਫਿਰ ਆਪਾਂ ਉਹੀ ਗੱਲ 'ਤੇ ਆਵਾਂਗੇ ਵੀ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਇਹ ਮਿਸਾਲੀ ਫੈਸਲਾ ਸੁਣਾ ਦਿੰਦੇ ਨੇ ਕਿ ਦੋਨੇ ਧਿਰਾਂ ਇਕੱਠੀਆਂ ਹੋਣ, ਤਾਂ ਫਿਰ ਕਿਹੜੀ ਧਿਰ ਕਹੇਗੀ ਕਿ ਮੈਂ ਨਹੀਂ ਜਾਣਾ, ਮੈਂ ਇਕੱਠੇ ਨਹੀਂ ਹੋਣਾ, ਇਹ ਹਲੇ ਸਮਾਂ ਦੱਸੇਗਾ, ਇਹਦੇ ਲਈ ਹਲੇ ਆਪਾਂ ਨੂੰ ਸਮੇਂ ਦੀ ਉਡੀਕ ਕਰਨੀ ਪਏਗੀ। ਠੀਕ ਹੈ, ਬਾਣੀ ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖੁੱਲ੍ਹ ਕੇ ਜਿਹੜੀ ਅਸੀਂ ਚਰਚਾ ਕੀਤੀ ਹੈ ਕਿ ਅੱਜ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਸੰਬੰਧ ਦੇ ਵਿੱਚ ਜਿਹੜਾ ਫੈਸਲਾ ਸੁਣਾਇਆ ਗਿਆ ਸਿੰਘ ਸਾਹਿਬਾਨਾ ਵੱਲੋਂ ਕਿ ਸੁਖਬੀਰ ਸਿੰਘ ਬਾਦਲ ਜਿਹੜਾ ਹੁਣ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣਗੇ ਜਾਂ ਕੀ ਸਜ਼ਾ ਸੁਣਾਈ ਜਾਂਦੀ ਹੈ, ਇਹ ਵੀ ਅਸੀਂ ਤੁਹਾਨੂੰ ਜਿਹੜਾ ਬੋਲਦਾ ਪੰਜਾਬ ਦੇ ਵਿੱਚ ਸਾਂਝੀ ਕਰਾਂਗੇ। ਮੈਨੂੰ ਅਤੇ ਮੇਰੇ ਸਹਿਯੋਗੀ ਦੋ ਇਜਾਜ਼ਤ, ਧੰਨਵਾਦ।